2024 ਦਾ ਜਨਵਰੀ ਮਹੀਨਾ ਮੁੱਕਿਆ ਐਂਡ ਮੇਰੇ ਅਕੋਰਡਿੰਗ ਪਹਿਲੀ ਬੈਸਟ ਹਿੰਦੀ ਵੈਬ ਸੀਰੀਜ਼ ਰਿਲੀਜ਼ ਹੋ ਚੁੱਕੀ ਹੈ ਜੇ ਤੁਸੀਂ ਦੇਖਣੀ ਆ। ਸ਼ੌਕਿੰਗ ਗੱਲ ਇਹ ਆ ਵੀ ਇਹ ਵੈਬ ਸੀਰੀਜ਼ ਨਾ ਤੁਹਾਨੂੰ ਨੈੱਟਫਲਿਕਸ 'ਤੇ ਮਿਲੂਗੀ ਨਾ ਹੀ ਤੁਹਾਨੂੰ ਐਮਾਜ਼ਨ ਪ੍ਰਾਈਮ ਦੇ ਉੱਤੇ ਮਿਲੂਗੀ, ਕਿਉਂਕਿ ਇਹ ਵੈਬ ਸੀਰੀਜ਼ ਦੇ ਪ੍ਰੋਡਿਊਸਰਸ ਨੇ ਵੈਬ ਸੀਰੀਜ਼ ਨੂੰ ਰਿਲੀਜ਼ ਕਰਿਆ ਯੂਟਿਊਬ ਦੇ ਉੱਪਰ। ਮੈਂ ਗੱਲ ਕਰ ਰਿਹਾ ਸਪਨੇ ਵਰਸਿਜ਼ ਐਵਰੀਵਨ ਪ੍ਰੋਡਿਊਸਡ ਬਾਈ TVF ਦਾ ਵਾਇਰਲ ਫੀਵਰ। ਹੁਣ ਜਿਹੜੇ ਬੰਦਿਆਂ ਨੇ ਤਾਂ ਪੰਚਾਇਤ ਹੋ ਗਈ, ਕੋਟਾ ਫੈਕਟਰੀ ਹੋ ਗਈ ਜਾਂ ਗੁੱਲਕ ਹੋ ਗਈ, ਉਹ ਵੈਬ ਸੀਰੀਜ਼ਾਂ ਦੇਖੀਆਂ ਨੇ, ਉਹਨਾਂ ਨੂੰ ਤਾਂ TVF ਬਾਰੇ ਪਤਾ ਵੀ ਇਹ ਬੰਦੇ ਕਿਹੇ ਕੀ ਚੀਜ਼ਾਂ ਬਣਾਉਂਦੇ ਨੇ। ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਦੱਸਦਾ ਵੀ TVF ਜੋ ਪ੍ਰੋਡਕਸ਼ਨ ਹਾਊਸ ਹੈਗਾ, ਉਹ ਅਜਿਹੀਆਂ ਵੈਬ ਸੀਰੀਜ਼ਾਂ ਜੋ ਰੀਅਲ ਲਾਈਫ ਨੂੰ ਜੋ ਤੁਸੀਂ ਜ਼ਿਆਦਾ ਰਿਲੇਟ ਕਰ ਪਾਓ, ਫੁੱਲ ਆਫ ਇਮੋਸ਼ਨਸ ਫੈਮਿਲੀ ਨਾਲ ਬਹਿ ਕੇ ਐਂਡ ਜ਼ਿਆਦਾ ਤੋਂ ਜ਼ਿਆਦਾ ਇਮੋਸ਼ਨਸ ਬ੍ਰਿੰਗ ਆਊਟ ਕਰਦੇ ਨੇ, ਉਹੋ ਜਿਹੀਆਂ ਵੈਬ ਸੀਰੀਜ਼ ਬਣਾਉਂਦੇ ਨੇ TVF ਵਾਲੇ। ਸਪਨੇ ਕਹਾਂ ਸੇ ਆਤੇ ਹੈ ਸਪਨੇ। ਸੋ ਉਹਨਾਂ ਵੱਲੋਂ ਪ੍ਰੋਡਿਊਸਡ ਸਪਨੇ ਵਰਸਿਜ਼ ਐਵਰੀਵਨ ਯੂਟਿਊਬ ਦੇ ਉੱਤੇ ਰਿਲੀਜ਼ ਕੀਤੀ ਗਈ ਸੀ। ਦਸੰਬਰ ਦੇ ਵਿੱਚ ਪਹਿਲਾ ਐਪੀਸੋਡ ਆਇਆ ਸੀ ਐਂਡ ਜਨਵਰੀ ਦੇ ਵਿੱਚ ਟੋਟਲ 6 ਐਪੀਸੋਡ ਨੇਗੇ, ਤੁਹਾਨੂੰ ਯੂਟਿਊਬ ਦੇ ਉੱਤੇ ਮਿਲ ਜਾਣੇ। ਜਿਵੇਂ ਕਿ ਵੈਬ ਸੀਰੀਜ਼ ਦਾ ਨਾਮ ਆ ਸਪਨੇ ਵਰਸਿਜ਼ ਐਵਰੀਵਨ, ਇਹ ਵੈਬ ਸੀਰੀਜ਼ ਸੁਪਨਿਆਂ ਦੀ ਗੱਲ ਕਰਦੀ ਹੈ ਜੋ ਮਿਡਲ ਕਲਾਸ ਫੈਮਿਲੀ ਦੇ ਵਿੱਚ ਬੰਦਾ, ਹਰ ਇੱਕ ਬੰਦਾ ਦੇਖਦਾ, ਬਟ ਕਿਹੜੀਆਂ ਮਜਬੂਰੀਆਂ, ਕਿਹੜੇ ਡਰ, ਕਿਹੜੇ ਰਿਸ਼ਤੇ, ਕੀ ਗੱਲਾਂ ਉਹਨੂੰ ਉਹ ਸੁਪਨੇ ਪੂਰੇ ਕਰਨ ਤੋਂ ਰੋਕ ਦਿੰਦੀਆਂ ਨੇ, ਉਹਨਾਂ ਦੀ ਗੱਲ ਇਹ ਵੈਬ ਸੀਰੀਜ਼ ਦੇ ਵਿੱਚ ਕੀਤੀ ਗਈ ਆ। ਜੋ ਵੈਬ ਸੀਰੀਜ਼ ਦੇ ਡਾਇਲੋਗ ਨੇ ਨਾ, ਬਹੁਤ ਹੀ ਬਰੀਕੀ ਦੇ ਨਾਲ ਲਿਖੇ ਗਏ ਨੇ, ਮਤਲਬ ਕੋਈ ਡਾਇਲੋਗ ਇਹੋ ਜਿਹਾ ਨਹੀਂ ਹੋਣਾ ਵੀ ਜਿਹੜਾ ਤੁਸੀਂ ਰਿਲੇਟ ਨਾ ਕਰ ਪਾਓ। ਇਹ ਵੈਬ ਸੀਰੀਜ਼ ਦੇ ਵਿੱਚ ਕੋਈ ਮਸਾਲਾ ਨਹੀਂ ਹੈਗਾ, ਕੋਈ ਫਿਕਸ਼ਨਲ ਗੱਲਾਂ ਨਹੀਂ ਕੀਤੀਆਂ ਗਈਆਂ, ਜੋ ਵੀ ਹੋਊਗਾ ਉਹ ਤੁਹਾਨੂੰ ਰੀਅਲ ਲਾਈਫ ਦੇ ਵਿੱਚੋਂ ਰਿਲੇਟ ਹੁੰਦਾ ਦਿਖੂਗਾ। ਸੋ ਜਿਹੜੀਆਂ ਸਿਚੁਏਸ਼ਨਸ ਆਉਣਗੀਆਂ ਵੈਬ ਸੀਰੀਜ਼ ਦੇ ਵਿੱਚ ਉਹ ਕਾਫੀ ਰਿਲੇਟੇਬਲ ਨੇਗੀਆਂ। 6 ਘੰਟੇ ਇੰਜੋਏ ਕਰਦੇ ਹੋਗੇ, ਸਲੋ ਬਰਨਿੰਗ ਜ਼ਰੂਰ ਹੋ ਸਕਦੀ ਹੈ, ਤੁਹਾਨੂੰ ਕਿਤੇ ਥੋੜ੍ਹੀ ਬਹੁਤੀ ਸਲੋ ਲੱਗੇ, ਪਰ ਓਵਰਆਲ ਮੈਂ ਕਹਿੰਦਾ ਵਰਥ ਵਾਚਿੰਗ ਹੈਗੀ, ਹਰ ਇੱਕ ਨੂੰ ਦੇਖਣੀ ਚਾਹੀਦੀ ਹੈਗੀ TVF ਦੀ ਵੈਬ ਸੀਰੀਜ਼ ਸਪਨੇ ਵਰਸਿਜ਼ ਐਵਰੀਵਨ। ਸੋ ਦੇਖਿਓ ਐਂਡ ਦੇਖ ਕੇ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ। ਬਾਕੀ ਹੋਰ ਮੂਵੀਜ਼, ਡਾਕੂਮੈਂਟਰੀਜ਼, ਵੈਬ ਸੀਰੀਜ਼ ਲਈ ਪੋਲਰ ਕਲਿਕਸ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ।